मैले तुम ओझल करते, हम निर्गुण तू दाता, हम मूर्ख तुम चतर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन, नीको ठाकुर देसा, तुम सब साजे साजन वाजे, जियो पिंड ते प्राणा, निर्गुणी आरे गुण नहीं कोई, तुम दान देओ मेहरबाना, तुम करहो भला हम भलो न जाने, तू सदा सदा दयाला, तुम सुखदाई पुरख विधाते, तुम राखो अपने बाला, तुम निदान अटल सुल्तान, जी जंत सब जांचै, कहो नानक हम इह हवाला, राख संतन के पाछे, मैं नाही किश हौ नाही, किश आहे न मोरा, अवसर लज्जा राख लेहो, सदना जन तोरा, हर सो हीरा छाड़ के कर है आन की आस, ते नर दोजख जाएंगे सत पाख है रविदास। परम सम्मान योग गुरु रूप गुरुस्वारी साध संगत जीओ, बहुत ही उत्तम कर्मा वाले हो आप जी, उस महान अवतार जगत गुरु सतगुरु गुरु रविदास जी की महिमा सरवण कर रहे हो। सतगुरु रविदास जिया ने जिथे अपनी सारी जिंदगी गरीबा मजलूमा छोटिया जातों वालिया की आवाज न बुलंद करन दे विच लगा दिती, उथे ही आपने समय समय से देश दे विच फैलिया समाजिक करीतियां, देश दे विच फैले अडंबर अते होरना धार्मिक रीति रिवाजा, दुनियावी रीति रिवाजा, अंधविश्वासां पाखंडा भरमां तों आम लोकां नूं कढ़न दा उपराला कीता है। बुत पूजा मूर्ति पूजा, सतगुरु रविदास जिया ने सारी जिंदगी बुत पूजा मूर्ति पूजा के खिलाफ आवाज चुकी, पर अफसोस नाल कहना पैंदा है अज सतगुरु रविदास जी के नाँ ते बनाए मंदिरां दे अंदर गुरुद्वारियां दे अंदर बड़े बड़े उन्हां दे बुत लगे हुए ने,
ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਤਾਂ ਹਾਂ, ਉਹਨਾਂ ਦੇ ਜੀਵਨ ਨੂੰ ਸੁਣਦੇ ਤਾਂ ਹਾਂ, ਸਰਵਣਤਾ ਕਰਦੇ ਹਾਂ, ਪਰ ਉਹਨਾਂ ਦੀ ਬਾਣੀ ਦੀ ਵਿਚਾਰ ਨਹੀਂ ਕਰਦੇ। ਉਹਨਾਂ ਦੇ ਦਰਸਾਏ ਰਸਤੇ 'ਤੇ ਚੱਲਣ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ। ਸਿਰਫ ਅਤੇ ਸਿਰਫ ਸਾਡਾ ਜਿਹੜਾ ਸੁਭਾਅ ਹੈ, ਇੱਕ ਕੰਨ ਰਾਹੀਂ ਸੁਣਨਾ, ਦੂਜੇ ਰਾਹੀਂ ਬਾਹਰ ਕੱਢਣਾ। ਆਪ ਜੀ ਬੜਭਾਗੀ ਹੋ ਜੋ ਸਤਿਗੁਰਾਂ ਦੀ ਬਾਣੀ ਸਰਵਣ ਕਰ ਰਹੇ ਹੋ। ਆਓ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ, ਉਹਨਾਂ ਦੀ ਜਨਮ ਕਥਾ ਦੇ ਵਿੱਚੋਂ ਪ੍ਰਸੰਗ ਸਰਵਣ ਕਰੀਏ। ਜਦੋਂ ਗੁਰੂ ਰਵਿਦਾਸ ਜੀ ਆਪਣੀ ਉਦਾਸੀ ਦੇ ਦੌਰਾਨ ਨਾਸਿਕ ਤੋਂ ਮਊ ਇੰਦੌਰ ਹੁੰਦੇ ਹੋਏ ਉਜੈਨ ਪਹੁੰਚੇ। ਉਜੈਨ ਸਿਪਰਾ ਨਦੀ ਦੇ ਕਿਨਾਰੇ ਸਿੱਧ ਮੱਠ ਵਿਖੇ ਭਾਰੀ ਮੇਲਾ ਲੱਗਿਆ ਹੋਇਆ ਸੀ। ਨਦੀ ਕਿਨਾਰੇ ਇੱਕ ਸੰਮਤੀ ਸੇਠ ਵੱਲੋਂ ਕਾਲ ਸਰਪ ਪੂਜਾ ਚੱਲ ਰਹੀ ਸੀ। ਮੈਂ ਦੱਸਦੇ ਹਾਂ, ਸਤਿਗੁਰੂ ਰਵਿਦਾਸ ਜੀਆਂ ਨੇ ਮੇਲਿਆਂ ਦੇ ਵਿੱਚ ਜਾ ਕੇ, ਤੀਰਥਾਂ 'ਤੇ ਜਾ ਕੇ, ਧਾਰਮਿਕ ਸਮਾਗਮਾਂ 'ਤੇ ਜਾ ਕੇ, ਜਾਂਦੇ ਅਸੀਂ ਵੀ ਹਾਂ, ਪਰ ਸਭ ਕੁਝ ਵੇਖਦੇ ਹਾਂ, ਅੱਖਾਂ ਬੰਦ ਕਰਕੇ ਵਾਪਸ ਆ ਜਾਂਦੇ ਹਾਂ। ਸਾਨੂੰ ਕੀ ਲੈਣਾ ਹੈ, ਅਸੀਂ ਕੀ ਕਰੀਏ? ਪਰ ਨਹੀਂ, ਸਤਿਗੁਰੂ ਰਵਿਦਾਸ ਜੀਆਂ ਨੇ ਸਮੇਂ 'ਤੇ ਜਿੱਥੇ ਵੀ ਕਿਤੇ ਸਮਾਜਿਕ ਬੁਰਾਈ ਹੁੰਦੀ ਦੇਖੀ, ਜਿੱਥੇ ਵੀ ਕਿਤੇ ਧਾਰਮਿਕ ਬੁਰਾਈ ਹੁੰਦੀ ਦੇਖੀ, ਆਵਾਜ਼ ਚੁੱਕੀ, ਆਵਾਜ਼ ਬੁਲੰਦ ਕੀਤੀ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਜਿੱਥੇ ਜਿੱਥੇ ਵੀ ਗਏ ਆਵਾਜ਼ ਬੁਲੰਦ ਕੀਤੀ, ਧਰਮ ਦੇ ਹੱਕ ਦੇ ਵਿੱਚ, ਅਖੰਡ ਦੇ ਵਿਰੁੱਧ। ਇਸੇ ਤਰ੍ਹਾਂ ਗੁਰੂ ਰਵਿਦਾਸ ਜੀਆਂ ਦੀ ਜਨਮ ਕਥਾ ਪੜ੍ਹਦੇ ਹਾਂ, ਜਨਮ ਸਾਖੀ ਪੜ੍ਹਦੇ ਹਾਂ, ਵਿਚਾਰਦੇ ਹਾਂ। ਵੇਖਣ ਵਿੱਚ ਆਇਆ, ਇੱਕ ਪੁਸਤਕ ਹੈ ਬੇਗਮਪੁਰਾ ਸੰਗਰਾਮ, ਇਹ ਐਸ ਐਲ ਵਰਦੀ ਦੀ ਲਿਖਤੀ ਪੁਸਤਕ ਹੈ, ਹੱਥ ਦੀ ਲਿਖਤ। ਉਹਨਾਂ ਨੇ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਸਤਿਗੁਰੂ ਗੁਰੂ ਰਵਿਦਾਸ ਜੀਆਂ ਦੀ ਜਿਹੜੀ ਜਨਮ ਕਥਾ ਹੈ, ਬਹੁਤ ਬਖੂਬੀ ਢੰਗ ਦੇ ਨਾਲ ਬਿਆਨ ਕੀਤੇ। ਉਹ ਕਹਿੰਦੇ ਨੇ, ਜਦੋਂ ਨਾਸਿਕ ਤੋਂ ਮੋ ਇੰਦੌਰ ਹੁੰਦੇ ਹੋਏ ਉਜੈਨ ਪਹੁੰਚੇ, ਉੱਥੇ ਸਿਪਰਾ ਨਦੀ ਦੇ ਕਿਨਾਰੇ ਭਾਰੀ ਮੇਲਾ ਲੱਗਿਆ ਹੋਇਆ, ਕਾਲ ਸਰਪ ਪੂਜਾ ਚੱਲ ਰਹੀ ਹੈ। ਮੇਲਾ ਦੇਖਦੇ ਦੇਖਦੇ ਸਤਿਗੁਰੂ ਰਵਿਦਾਸ ਜੀ ਵੀ ਉੱਥੇ ਪੁੱਜ ਗਏ। ਕੀ ਦੇਖਦੇ ਨੇ? ਲੋਕ ਸਪੇਰਿਆਂ ਤੋਂ ਕਾਲੇ ਨਾਗ ਖਰੀਦ ਪੰਡਤਾਂ ਪੁਰੋਹਿਤਾਂ ਤੋਂ ਪੂਜਾ ਕਰਵਾ ਕੇ ਨਦੀ ਵਿੱਚ ਛੱਡ ਰਹੇ ਹਨ। ਹੁਣ ਅਸੀਂ ਹੁੰਦੇ ਅਸੀਂ ਵੀ ਵੇਖ ਲੈਂਦੇ, ਪਰ ਸਤਿਗੁਰੂ ਰਵਿਦਾਸ ਜੀਆਂ ਨੇ ਕੀ ਦੇਖਿਆ? ਸੱਪ ਨਾਗ ਜਦੋਂ ਨਦੀ ਦੇ ਦੂਜੇ ਕਿਨਾਰੇ ਜਾਂਦੇ ਤਾਂ ਉੱਥੇ ਖੜ੍ਹੇ ਸਪੇਰਿਆਂ ਦੇ ਸਾਥੀ ਉਹਨਾਂ ਨੂੰ ਮੁੜ ਫੜ ਕੇ ਦੂਜੇ ਕਿਨਾਰੇ ਆ ਕੇ ਪੂਜਾ ਕਰਾਉਣ ਵਾਲਿਆਂ ਨੂੰ ਵੇਚ ਦਿੰਦੇ, ਸਪੇਰਿਆਂ ਨੂੰ ਮੁੜ ਦੇ ਦਿੰਦੇ। ਕਈਆਂ ਨੂੰ ਸੱਪ ਨਾ ਮਿਲਦੇ ਤਾਂ ਉਹ ਸੋਨੇ ਚਾਂਦੀ ਦੇ ਸੱਪ ਖਰੀਦ ਕੇ ਪੁਰੋਹਿਤਾਂ ਤੋਂ ਪੂਜਾ ਕਰਵਾ ਕੇ ਮੰਦਰ ਚੜ੍ਹਾ ਦਿੰਦੇ। ਇਸ ਤਰ੍ਹਾਂ ਪੁਰੋਹਿਤਾਂ ਅਤੇ ਸਪੇਰਿਆਂ ਦੀ ਮਿਲੀ ਭੁਗਤ ਨਾਲ ਭੋਲੀ ਭਾਲੀ ਜਨਤਾ ਲੁੱਟੀ ਜਾ ਰਹੀ ਸੀ। ਹੁਣ ਗੁਰੂ ਜੀ ਰਾਤ ਨੂੰ ਕਾਲ ਬੇਲੀ ਸਪੇਰਿਆਂ ਦੀ ਬਸਤੀ ਵਿੱਚ ਠਹਿਰੇ। ਉਹਨਾਂ ਨੇ ਸਪੇਰਿਆਂ ਨੂੰ ਪੁੱਛਿਆ, ਭਾਈ ਇਹ ਕਾਲ ਸਰਪ ਪੂਜਾ ਕਿਆ ਹੈ? ਉਹ ਕਹਿੰਦੇ, ਸੰਤ ਮਹਾਰਾਜ ਜੀਓ, ਕਿਹਾ ਜਾਂਦਾ ਕਿ ਜਿਹਦੀ ਜਨਮ ਕੁੰਡਲੀ ਵਿੱਚ ਕਾਲ ਸਰਪ ਯੋਗ ਹੋਵੇ ਉਹਦੇ ਜੀਵਨ ਵਿੱਚ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਪਰ ਬ੍ਰਾਹਮਣੀ ਮਤ ਅਨੁਸਾਰ ਜੇਕਰ ਉਹ ਉਜੈਨ ਜਾ ਕੇ ਸਿਪਰਾ ਨਦੀ ਵਿੱਚ ਕਾਲੇ ਨਗ ਛੱਡਣ ਤਾਂ ਇਸ ਦੇ ਪ੍ਰਭਾਵ ਤੋਂ ਬਚ ਸਕਦੇ ਹਨ, ਅਤੇ ਜੇ ਸੱਪ ਨਾ ਮਿਲੇ ਤਾਂ ਉਹ ਚਾਂਦੀ ਜਾਂ ਸੋਨੇ ਦਾ ਸੱਪ ਬਣਾ ਕੇ ਵੀ ਛੱਡ ਸਕਦੇ ਹੈ। ਸਤਿਗੁਰਾਂ ਨੇ ਫਿਰ ਪੁੱਛਿਆ, ਭਾਈ ਤੁਸੀਂ ਇਹ ਸੱਪ ਲਿਆਉਂਦੇ ਕਿੱਥੇ ਹੋ?
ਉਹ ਕਹਿੰਦੇ ਜੀ ਜੰਗਲ 'ਚੋਂ ਫੜ ਕੇ ਲਿਆਉਂਦੇ ਆ। ਗੁਰੂ ਜੀ ਕਹਿੰਦੇ ਤੁਹਾਨੂੰ ਡੰਗਦੇ ਨਹੀਂ? ਉਹ ਕਹਿੰਦਾ ਨਹੀਂ। ਮਹਾਰਾਜ ਕਹਿੰਦੇ ਦੱਸੋ ਭਾਈ ਕਿਉਂ ਨਹੀਂ ਡੰਗਦੇ ਤੁਹਾਨੂੰ? ਸੱਪ ਦਾ ਡੰਗਿਆ ਤਾਂ ਪਾਣੀ ਨਹੀਂ ਮੰਗਦਾ ਬੰਦਾ, ਤੁਸੀਂ ਸੱਪ ਫੜ ਰਹੇ ਹੋ, ਤੁਹਾਨੂੰ ਡੰਗਦਾ ਕਿਉਂ ਨਹੀਂ ਭਾਈ? ਸਪੇਰੇ ਕਹਿਣ ਲੱਗੇ ਸੰਤ ਜੀਓ, ਅਸੀਂ ਇਹਨਾਂ ਨੂੰ ਫੜਨ ਤੋਂ ਬਾਅਦ ਇਹਨਾਂ ਦੇ ਦੰਦ ਔਰ ਜ਼ਹਿਰ ਵਾਲੀ ਪੋਟਲੀ ਕੱਢ ਦਿੰਦੇ ਹੈ, ਜਿਹਦੇ ਕਰਕੇ ਹੁਣ ਇਹ ਦੰਦੀ ਨਹੀਂ ਵੱਢ ਸਕਦੇ। ਗੁਰੂ ਜੀ ਕਹਿੰਦੇ ਭਾਈ ਫਿਰ ਇਹ ਖਾਂਦੇ ਕਿਵੇਂ? ਉਹ ਕਹਿੰਦਾ ਮਹਾਰਾਜ ਜੀ ਉਹ ਇਹ ਖਾ ਨਹੀਂ ਸਕਦੇ, ਨਾ ਖਾਣ ਕਰਕੇ ਜ਼ਿਆਦਾਤਰ ਮਹੀਨੇ ਦੋ ਮਹੀਨੇ ਬਾਅਦ ਸੱਪ ਮਰ ਜਾਂਦੇ ਹੈ। ਸਤਿਗੁਰੂ ਰਵਿਦਾਸ ਜੀ ਕਹਿਣ ਲੱਗੇ ਭਾਈ ਵੀਰੋ, ਜੇ ਤੁਹਾਡੇ ਦੰਦ ਕੱਢ ਦਿੱਤੇ ਜਾਣ ਤੁਹਾਡੀ ਹਾਲਤ ਕਿਆ ਹੋਵੇਗੀ? ਦੰਦਾਂ ਦਾ ਦਰਦ ਤਾਂ ਵੈਸੇ ਹੀ ਬਰਦਾਸ਼ਤ ਨਹੀਂ ਹੁੰਦਾ, ਤੁਹਾਡੀ ਕੀ ਹਾਲਤ ਹੋਵੇਗੀ? ਉਹ ਕਹਿੰਦੇ ਮਹਾਰਾਜ ਬਹੁਤ ਬੁਰੀ ਹਾਲਤ ਹੋਵੇਗੀ। ਕਹਿੰਦੇ ਫਿਰ ਦੇਖੋ ਉਹ ਵੀ ਤਾਂ ਪਰਮਾਤਮਾ ਦੇ ਜੀਵ ਹੈ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਸਾਰਿਆਂ ਜੀਵਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦੇ ਹੈ। ਆਪਾਂ ਤਾਂ ਸਿਰਫ ਗੱਲਾਂ ਕਰਦੇ ਹਾਂ ਨਾ, ਆਪਾਂ ਤਾਂ ਸਿਰਫ ਕਹਿੰਦੇ ਹਾਂ, ਪਰ ਕਹਿਣੀ ਅਤੇ ਕਰਨੀ ਦੇ ਵਿੱਚ ਸਾਡੀ ਦੇ ਵਿੱਚ ਅੰਤਰ ਹੈ। ਮਹਾਂਪੁਰਖਾਂ ਦੀ, ਅਵਤਾਰਾਂ ਦੀ, ਗੁਰੂਆਂ ਪੀਰਾਂ ਪੈਗੰਬਰਾਂ ਦੀ ਕਹਿਣੀ ਅਤੇ ਕਰਨੀ ਇੱਕ ਹੋਇਆ ਕਰਦੀ ਹੈ। ਉਹ ਕਹਿੰਦੇ ਮਹਾਰਾਜ ਜੀ ਉਹ ਸਾਡੀ ਤਾਂ ਬੁਰੀ ਹਾਲਤ ਹੋ ਜਾਵੇਗੀ। ਗੁਰੂ ਸਾਹਿਬ ਕਹਿੰਦੇ ਭਾਈ ਜੇ ਤੁਹਾਨੂੰ ਇੰਨਾ ਡਰ ਹੈ ਫਿਰ ਤੁਸੀਂ ਇਹ ਪਾਪ ਕਰਦੇ ਕਿਉਂ ਹੈ? ਜਿਹੜਾ ਤੁਸੀਂ ਕਰ ਰਹੇ ਹੈ ਇਹ ਤੁਹਾਨੂੰ ਭੁਗਤਣਾ ਵੀ ਪਏਗਾ। ਉਹ ਕਹਿੰਦੇ ਮਹਾਰਾਜ ਭੁੱਖਾ ਮਰਦਾ ਕੀ ਨਹੀਂ ਕਰਦਾ, ਅਸੀਂ ਤਾਂ ਪੇਟ ਪੂਜਾ ਲਈ ਕਰਦੇ ਹੈ, ਬੱਚਿਆਂ ਦੀ ਰੋਜ਼ੀ ਰੋਟੀ ਦੇ ਲਈ ਕਰਦੇ ਹੈ। ਗੁਰੂ ਜੀਆਂ ਨੇ ਸਮਝਾਇਆ ਭਾਈ ਰੋਜ਼ੀ ਰੋਟੀ ਦੇ ਤਾਂ ਹੋਰ ਵੀ ਬਹੁਤ ਸਾਧਨ ਹੈ, ਇਹ ਜਿਹੜੇ ਬ੍ਰਾਹਮਣਾਂ ਦੇ ਮਗਰ ਲੱਗ ਕੇ, ਪੁਰੋਹਿਤਾਂ ਦੇ ਮਗਰ ਲੱਗ ਕੇ ਤੁਸੀਂ ਇਹਨਾਂ ਪਰਮਾਤਮਾ ਦੇ ਜੀਵਾਂ ਨੂੰ ਕਸ਼ਟ ਦੇ ਰਹੇ ਹੈ, ਇਹਦਾ ਤੁਹਾਨੂੰ ਫਲ ਭੁਗਤਣਾ ਪਵੇਗਾ। ਗੁਰਬਾਣੀ ਦੇ ਵਿੱਚ ਵੀ ਫਰਮਾਨ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘਰੀ ਮੋਹਤ ਨਾ ਲੱਗੇ। ਇਸ ਹੱਥ ਕਰ ਲਓ, ਦੂਜੇ ਹੱਥ ਭਰ ਲਓ, ਟਾਈਮ ਨਹੀਂ ਲੱਗਦਾ ਪਿਆਰਿਓ। ਸਤਿਗੁਰਾਂ ਨੇ ਉਸ ਤਰੀਕੇ ਦੇ ਨਾਲ ਸਮਝਾਇਆ ਇਸ ਜੀਵ ਹੱਤਿਆ ਦੇ ਖਿਲਾਫ ਕਿ ਜਿਉਣ ਦਾ ਅਧਿਕਾਰ ਸਾਰਿਆਂ ਨੂੰ ਹੈ, ਜਿਹੜਾ ਜਿਹੜਾ ਜੀਵ ਪਰਮਾਤਮਾ ਨੇ ਸਾਜਿਆ ਉਹਨੂੰ ਜਿਉਣ ਦਾ ਪੂਰਾ ਅਧਿਕਾਰ ਹੈ। ਜੇ ਤੁਸੀਂ ਇਹਨਾਂ ਨੂੰ ਮਾਰ ਕੇ ਕਿਸੇ ਦਾ ਭਲਾ ਕਰ ਸਕਦੇ ਹਾਂ ਤਾਂ ਉਹ ਭਲਾ ਕਿਵੇਂ ਹੋਏਗਾ? ਉਹਨਾਂ ਕਾਰਨ ਹੀ ਤਾਂ ਨਾਗਾਂ ਨੂੰ ਤੜਫਾ ਤੜਫਾ ਕੇ ਮਾਰਿਆ ਜਾਂਦਾ ਹੈ, ਜਿਹਨਾਂ ਦਾ ਤੁਸੀਂ ਭਲਾ ਕਰਨਾ ਸੋਚਦੇ ਹੈ ਉਹਨਾਂ ਨੂੰ ਜੀਵ ਹੱਤਿਆ ਦਾ ਪਾਪ ਲੱਗੇਗਾ ਕਿ ਨਹੀਂ ਲੱਗੇਗਾ? ਭਾਈ ਦੱਸੋ ਕਿਹੜੇ ਸਪੇਰੇ ਸਨ ਬਚਨ ਸੁਣ ਕੇ ਸਤਿਗੁਰੂ ਰਵਿਦਾਸ ਜੀਆਂ ਦੇ ਪੈਰੀ ਪੈ ਗਏ? ਕਿਉਂਕਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ ਪਰਾ ਕਰੇ ਜੇ ਸੇਕ। ਸੰਤਾਂ ਦੇ ਮਹਾਂਪੁਰਖਾਂ ਦੇ ਜਿਹੜੇ ਬਚਨ ਹੋਇਆ ਕਰਦੇ ਨੇ ਉਹ ਸੀਨਾ ਛਲਣੀ ਕਰਦਿਆ ਕਰਦੇ ਨੇ। ਜਦੋਂ ਉਹ ਬਚਨ ਸਾਡੇ ਕਿਤੇ ਲੱਗ ਜਾਣ ਨਾ, ਸਾਡਾ ਜੀਵਨ ਪਲਟ ਦਿਆ ਕਰਦੇ ਨੇ। ਸਤਿਗੁਰਾਂ ਨੇ ਸਮਝਾਇਆ ਭਾਈ ਐਵੇਂ ਨਹੀਂ ਕਰਨਾ, ਉਹਨਾਂ ਜੀਵਾਂ ਨੂੰ ਵੀ ਪੂਰਾ ਅਧਿਕਾਰ ਹੈ ਜ਼ਿੰਦਗੀ ਜਿਉਣ ਦਾ। ਮਹਾਰਾਜ ਜੀ ਉਹ ਸਾਨੂੰ ਮਾਫ ਕਰ ਦਿਓ, ਗਲਤੀ ਹੋ ਗਈ। ਸੋ ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਉਹ ਮੁੜ ਕੇ ਸਤਿਗੁਰਾਂ ਤੋਂ ਖਿਮਾ ਮੰਗਦੇ ਨੇ ਕਿ ਅੱਗੇ ਵਾਸਤੇ ਸਤਿਗੁਰੂ ਜੀ ਅਸੀਂ ਇਹ ਨਹੀਂ ਕਰਦੇ। ਹੁਣ ਸਮਾਂ ਆਪਣੇ ਚਾਲੇ ਚੱਲ ਰਿਹਾ। ਇੱਕ ਦਿਨ ਕਾਂਸ਼ੀ ਦਾ ਨੱਥੂ ਧੋਬੀ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਾ ਰਿਹਾ
ਅੱਗੇ ਉਹਦਾ ਰਸਤੇ ਦੇ ਵਿੱਚ ਮੇਲ ਹੋਇਆ। ਉੱਧਰੋਂ ਗੁਰੂ ਰਵਿਦਾਸ ਜੀ ਵੀ ਆ ਰਹੇ ਨੇ ਆਪਣੇ ਸੇਵਕਾਂ ਦੇ ਸਮੇਤ। ਨੱਥੂ ਨੇ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਮਹਾਂਪੁਰਖਾਂ ਨੇ ਆਸ਼ੀਰਵਾਦ ਦਿੱਤਾ, ਭਾਈ ਜੁਗ ਜੁਗ ਜੀਓ। ਹਾਂਜੀ ਨੱਥੂ ਰਾਮ ਜੀ ਕਿੱਧਰ ਜਾ ਰਹੇ ਹੋ? ਗੁਰੂ ਰਵਿਦਾਸ ਜੀ ਨੇ ਪੁੱਛਿਆ। ਆਖਿਆ ਮਹਾਂਪੁਰਖੋ, ਗੰਗਾ ਮਾਈ ਤੋਂ ਇੱਕ ਸੁੱਖਣਾ ਸੁੱਖੀ ਸੀ, ਇੱਕ ਮੰਨਤ ਮੰਗੀ ਸੀ, ਸਾਡੇ ਘਰੇ ਔਲਾਦ ਨਹੀਂ ਸੀ। ਹੇ ਗੰਗਾ ਮਾਈ, ਜੇ ਸਾਡੇ ਘਰੇ ਬੱਚਾ ਹੋ ਜਾਵੇਗਾ ਤਾਂ ਅਸੀਂ ਪਹਿਲਾ ਬੱਚਾ ਗੰਗਾ ਮਾਈ ਤੈਨੂੰ ਭੇਟ ਕਰਾਂਗੇ। ਹੁਣ ਗੰਗਾ ਮਾਈ ਨੇ ਕਿਰਪਾ ਕੀਤੀ, ਸਾਡੇ ਘਰੇ ਔਲਾਦ ਹੋਈ ਹੈ, ਅਸੀਂ ਅਮਾਨਤ ਭੇਟ ਕਰਨ ਜਾ ਰਹੇ ਹਾਂ। ਗੁਰੂ ਸਾਹਿਬ ਨੇ ਪੁੱਛਿਆ, ਭਾਈ ਮੈਨੂੰ ਦੱਸੋਗੇ ਇਹਦਾ ਮਤਲਬ ਕੀ ਹੈ? ਉਹ ਕਹਿੰਦਾ, ਗੁਰੂ ਜੀ ਹਿੰਦੂ ਸਮਾਜ ਦੇ ਵਿੱਚ ਜਿਹੜੀ ਇੱਕ ਪ੍ਰਥਾ ਹੈ ਗੰਗਾ ਪ੍ਰਵਾਹ, ਇਹਦੇ ਅਨੁਸਾਰ ਜਦੋਂ ਬਹੁਤ ਸਮਾਂ ਬੀਤ ਜਾਣ ਮਗਰੋਂ ਕਿਸੇ ਦੇ ਘਰ ਔਲਾਦ ਨਹੀਂ ਹੁੰਦੀ, ਸਮਾਂ ਕਾਫੀ ਗੁਜ਼ਰ ਜਾਂਦਾ, ਤਾਂ ਉਹ ਸੁੱਖ ਸੁੱਖਦੇ ਨੇ। ਅੱਜ ਕੱਲ੍ਹ ਵੀ ਸੁੱਖਾਂ ਸੁੱਖੀਆਂ ਜਾਂਦੀਆਂ ਨੇ, ਕਿਉਂਕਿ ਔਰਤ ਇਮਾਨ, ਮਾਇਆ ਗੁਜਰਾਨ, ਪੁੱਤਰ ਨਿਸ਼ਾਨ। ਹੁਣ ਬੇਸ਼ੱਕ ਆਪਾਂ ਪੜ੍ਹ ਲਿਖ ਗਏ ਹਾਂ, ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੇ ਰਹੇ ਹਾਂ। ਉਸ ਵੇਲੇ ਅਨਪੜ੍ਹਤਾ ਭਾਰੂ ਸੀ ਸਮਾਜ ਦੇ ਵਿੱਚ, ਪੁੱਤਰਾਂ ਦੇ ਲਈ ਬਹੁਤ ਹੀਲੇ ਵਸੀਲੇ ਕੀਤੇ ਜਾਂਦੇ ਸੀ, ਧਾਰਮਿਕ ਸਮਾਜਿਕ ਬਹੁਤ ਹੀਲੇ ਵਸੀਲੇ ਕਰਦਾ ਸੀ ਇਨਸਾਨ, ਹੁਣ ਵੀ ਕਰਦੇ ਹੈ। ਪੰਜਾਬੀ ਦਾ ਇੱਕ ਕਵੀ ਕਹਿੰਦਾ, ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਸ਼ਾਹੀ ਕਰੀ ਵਿਆਹਵਣ ਬਰੀਆਂ, ਪਹਿਨਣ ਪੱਟ ਹੰਢਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾ ਦਾ ਗਲਹਾਰ ਨਾ ਹੋਵੇ। ਪ੍ਰੋਫੈਸਰ ਮੋਹਨ ਸਿੰਘ ਕਹਿੰਦਾ, ਮਾਂ ਵਰਗਾ ਘਨਸ਼ਾਵਾਂ ਬੂਟਾ ਮੈਨੂੰ ਜੱਗ 'ਚ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੇ ਕਮਲਾਉਂਦੇ, ਇਹ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ ਟੁੱਟ ਜਾਏ। ਰਹੋ ਵਿਚਾਰ, ਸਤਿਗੁਰੂ ਰਵਿਦਾਸ ਜੀ ਪੁੱਛਦੇ ਨੇ, ਭਾਈ ਨੱਥੂ ਰਾਮਾ, ਹਾਂਜੀ ਮਹਾਰਾਜ, ਦੱਸੋਗੇ ਕੀ ਕਰਨ ਜਾ ਰਹੇ ਹੋ? ਮਹਾਰਾਜ, ਸੁੱਖਣਾ ਸੁੱਖੀ ਸੀ ਗੰਗਾ ਮਈਆ ਨੇ ਸੁੱਖਣਾ ਸਾਡੀ ਪੂਰੀ ਕੀਤੀ ਹੈ, ਹੁਣ ਸਾਡਾ ਵੀ ਫਰਜ਼ ਬਣਦਾ, ਹੁਣ ਅਸੀਂ ਵੀ ਆਪਣੇ ਸੁੱਖਣਾ ਪੂਰੀ ਕਰਨ ਜਾ ਰਹੇ ਹਾਂ, ਇਹ ਬੱਚਾ ਗੰਗਾ ਨੂੰ ਭੇਟ ਕਰਨ ਜਾ ਰਹੇ ਹਾਂ। ਨੱਥੂ ਰਾਮਾ, ਇਹ ਬੱਚਾ ਜਦ ਤੁਸੀਂ ਗੰਗਾ 'ਚ ਸੁੱਟੋਗੇ ਇਹ ਜੀਵੇਗਾ ਕਿ ਮਰੇਗਾ? ਮਹਾਰਾਜ, ਇਹ ਤਾਂ ਮਰ ਜਾਏਗਾ। ਅੱਛਾ ਮੈਨੂੰ ਇਹ ਦੱਸ, ਜੇ ਇਹ ਤੁਸੀਂ ਗੰਗਾ ਨੂੰ ਭੇਟ ਕਰਤਾ ਇਹ ਮਰ ਗਿਆ, ਮੁੜ ਕੇ ਬਾਅਦ ਤੁਹਾਡੇ ਔਲਾਦ ਨਾ ਹੋਈ ਫੇਰ? ਵੈਸੇ ਵੀ ਤੁਹਾਡੀ ਉਮਰ ਹੁਣ 45 ਦੇ ਕਰੀਬ ਹੈ, 50 ਤੋਂ ਟੱਪ ਗਈ ਹੈ, ਕੱਲ੍ਹ ਨੂੰ ਕਿਆ ਹੋਣਾ ਇਹਦੇ ਯਕੀਨ ਨਹੀਂ, ਪਰ ਵਰਤਮਾਨ 'ਤੇ ਤਾਂ ਵਿਸ਼ਵਾਸ ਕੀਤਾ ਜਾ ਸਕਦਾ ਜੋ ਸਾਡੇ ਹੱਥ 'ਚ ਅੱਜ। ਨੱਥੂ ਰਾਮਾ, ਇਹ ਬੱਚਾ ਹੁਣ ਜਿਉਂਦਾ, ਤੇਰੇ ਹੱਥ 'ਚ ਹੈ, ਇਹਨੂੰ ਆਪਣਾ ਅੱਗਾ ਮੰਨ ਕੇ ਪਾਲਣ ਪੋਸ਼ਣ ਕਰ, ਇਹ ਵੱਡਾ ਹੋ ਕੇ ਤਾਂ ਕਿ ਤੇਰੀ ਕੁੱਲ ਦਾ ਨਾਮ ਰੋਸ਼ਨ ਕਰੇ, ਤੁਹਾਡੇ ਬੁਢਾਪੇ ਦਾ ਸਹਾਰਾ ਬਣੇ, ਸੁੱਖਾਂ ਸੁੱਖ ਕੇ ਜੇਕਰ ਬੱਚਾ ਪੈਦਾ ਹੋ ਸਕਦਾ ਤਾਂ ਫਿਰ ਵਿਆਹ ਇਕਾਇਕ ਕਿਉਂ ਕਰਾਇਆ ਜਾਵੇ? ਬੱਚੇ ਦਾ ਜੀਵਨ ਖਤਮ ਨਾ ਕਰੋ, ਬੱਚੇ ਨੂੰ ਪਾਲੋ ਪਲੋਸੋ, ਕਿਉਂ ਇਸਦੀ ਜ਼ਿੰਦਗੀ ਤਬਾਹ ਕਰਨ ਲੱਗੇ ਹੋ? ਇਹਨੇ ਕੀ ਵਿਗਾੜਿਆ ਤੁਹਾਡਾ? ਇਹੀ ਇਸਦਾ ਗੁਨਾਹ ਕਿ ਤੁਹਾਡੇ ਘਰ ਜਨਮ ਲੈ ਲਿਆ? ਮਹਾਰਾਜ ਜੀਓ, ਮਾਫ ਕਰ ਦਿਓ। ਸਤਿਗੁਰਾਂ ਦੇ ਬਚਨ ਨੱਥੂ ਰਾਮ ਦੇ ਸੀਨੇ ਦੇ ਵਿੱਚ ਵੱਜੇ, ਤਿੱਖੀ ਕਟਾਰ ਦੇ ਵਾਂਗੂ, ਤਿੱਖੇ ਤੀਰ ਦੇ ਵਾਂਗੂ ਵੱਜੇ। ਆਪਣੀ ਗਲਤੀ ਦਾ ਅਹਿਸਾਸ ਹੋਇਆ,
आखिया महाराज जी वो हाथ जोड़ ले चरणा ते ढह पिया। सतगुरु रविदास जीओ तुसी धनो, तुसी मोया नूं जिंदा करन वाले हो, तुसी साह पाउण वाले हो, असी तुहाडे बच्चे हाँ, चंगे हाँ माड़े हाँ, मैं जो भी हाँ जिवें भी हाँ बस तेरा हाँ, मैनू अपने रंग दे विच रंग लै मालका, कृपा कर। महाराज मैं तो बहुत वड्डी गलती हो चुक चली सी, महाराज की दसा, साढ़े परिवार दे विच पहला भी ने दुलिए नाम दे बंदे ने अपना बच्चा गंगा नूं भेट कीता सी, पर बाद विच कोई औलाद नहीं हुई। बड़ेपे च हुण दोवें रुल रहे ने, कोई सहारा नहीं है। महाराज मैं उन्हां बारे सोचिया ते सी, पर की करदा। महाराज कृपा करो, मेरी लाज रखो, मैनू अपने चरणा दे नाल जोड़ लो। सतगुरु रविदास जी ने आखिया, नथू रामा इहो जिहा कहर नहीं कमाईदा किसे नूं भी, जेकर असी जीवन नहीं दे सकते तां मौत देण दा भी सानूं कोई हक नहीं। वह परमात्मा सारिआं दे साह लिख के भेजदा है, पहलो देता रिजक समाहा, पिछो देता जंत उपाहा, सारिआं दी रोजी रोटी वह परमात्मा लिख के भेजदा, फिर साडा की हक बणदा असी किसी की जिंदगी खो लईए, साडा की हक बणदा असी किसी के साथ खो लईए, किसी दे तां की, इह तां तेरा अपना बच्चा है। महाराज गलती माफ कर दिओ, नाल जिन्हें भी आए सन सारिआं ने सतगुरु रविदास जी के चरणों के विच नमस्कार की, बेनती की, भुल बख्शाई। सतगुरु रविदास जी ने आखिया, भाई नाम बाणी दे नाल जुड़ो, परमात्मा दे चरण ही लगो, अपना जीवन सफला करो। सतगुरु रविदास जी ने समाज दे विच हुंदियां करीतियां नूं जड़ों खत्म कीते, खास करके नीवियां जातां अशूत लोक जिहड़े वहमां भरमां पखंडां दा शिकार होए सन, सतगुरु रविदास जी ने उन्हां नूं इन्हां वहमां भरमां पखंडां चों कढ़िया, उच्च जीवन जीवन की जाच सिखाया, असी किवें अपना जीवन नूं आदर्श बना सकते हाँ, ऐं दस्या असी किवें अपने जीवन नूं महान बना सकते हाँ, असी किवें अपने परिवार नूं उच्चा सुच्चा बना सकते हाँ। भाई सतगुरु रविदास जी ने जिथे उन्हां नूं नथू राम वर्गियां नूं सिक्ख्या दित्ती, उपदेश दित्ता, सानू भी उपदेश दिंदे ने कि जो प्राणी गोबिंद त्यावै, पढ़िया अनपढ़िया परमगत पावै, जिहड़ा बंदा उस परमात्मा की आराधना करदा उहदा नाम जपदा, चाहे वह पढ़िया लिखिया होवे चाहे अनपढ़ होवे, पढ़िया अनपढ़िया परमगत पावै, वह परमगति नूं प्राप्त हुंदा है। आओ बहुत उत्तम कर्मां वाले हो, आपां भी सतगुरु रविदास जी की जिन्नी हो सके बाणी का प्रचार करिए, करो करी यह लहर चलाइए, ताकि उन्होंने जीवन के विचों जड़े उन्होंने चोज किए ने, कौतक किए ने, लोगों सीधे राह पाया, भुलिया भटकिया सीधे राह पाया, सानू भी सीधे राह पाउण, साढ़े भी सब परिवारों के सिर ते मेहर भरे हाथ रखन। आओ गज बज के आखो, धन धन गुरु रविदास, दुख दरिद्र का होवे नास, दुख दरिद्र का होवे नास।